हाँ जी दोस्तों, बाबा प्रॉपर्टी चैनल ते तुहाडा स्वागत है। रोजाना की तरह फिर हाजिर हाँ एक नवी कोठी लैके बलराज नगर बठिंडा दे विच। अज की जिहड़ी आ कोठी आपां वेखांगे, सो 100 गज दे विच इह कोठी बनी हुई है। उस तो पहला आपां इस कोठी नूं वेखीए। जिन्हां भी वीर भरावां ने अज तक साडे चैनल नूं सबसक्राइब नहीं कीता तां चैनल नूं कर लो जी सबसक्राइब, ते बेल आइकन दी घंटी नूं दबा लो तां कि आउण वाली वीडियो दा नोटिफिकेशन तुहानूं पहुंच सके। ते आ जाओ फिर गल करदे आं इस कोठी की। 100 गज दे विच इह कोठी बनी हुई है शहर बठिंडा दे विच बलराज नगर ਦੇ ਵਿੱਚ। ਇਹ ਕੋਠੀ ਜਿਹੜੀ ਆ ਬਣੀ ਹੋਈ ਆ ਤੇ ਕੋਠੀ ਹੈਗੀ ਆ ਜੀ ਡਬਲ ਸਟੋਰੀ। ਤੇ ਜੇਕਰ ਆਪਾਂ ਇਸ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਬਿਲਕੁਲ ਜਾਇਜ਼ ਹੈ ਜੀ ਇਸ ਕੋਠੀ ਦਾ। 10 ਲੱਖ ਰੇਟ ਆ ਇਸ ਕੋਠੀ ਦਾ। ਜਿਸ ਵੀਰ ਭਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਇਸ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਸੋ ਗੱਲ ਕਰਦੇ ਹਾਂ ਕਿ ਇਹ ਕੋਠੀ 10 ਲੱਖ ਰੇਟ ਹੈ, ਪਰ ਇਸ ਕੋਠੀ ਦੀ ਰਜਿਸਟਰੀ ਨਹੀਂ ਹੋਣੀ। ਜੋ ਵੀ ਲਿਖਤ ਪੜ੍ਹਤ ਹੈਗੀ ਆ ਸਟਾਮ 'ਤੇ ਇਸ ਦੀ ਹੋਣੀ ਆ। ਬਲਰਾਜ ਨਗਰ ਬਠਿੰਡਾ ਦੇ ਵਿੱਚ ਇਹ ਕੋਠੀ ਬਣੀ ਹੋਈ ਆ। 2 ਬੈੱਡਰੂਮ ਥੱਲੇ ਬਣੇ ਹੋਏ ਆ, ਬਹੁਤ ਹੀ ਸੋਹਣੀ ਜਿਹੜੀ ਆ ਰਸੋਈ ਬਣੀ ਹੋਈ ਆ। ਲੋਬੀ ਵੀ ਕਾਫੀ ਖੁੱਲ੍ਹੀ ਡੁੱਲੀ ਆ ਅਤੇ ਅੱਗੇ ਵਿਹੜਾ ਵੀ ਕਾਫੀ ਖੁੱਲ੍ਹਾ ਡੁੱਲਾ ਹੈਗਾ। ਸੋ ਬਾਹਰ ਦੇ ਵਿਹੜੇ ਵੀ ਦੀ ਪੌੜੀਆਂ ਚੜ੍ਹਦੀਆਂ ਅਤੇ ਵਿਹੜਾ ਵੀ ਕਾਫੀ ਖੁੱਲ੍ਹਾ ਡੁੱਲਾ ਹੈਗਾ। ਲੈਟਰਿੰਗ ਬਾਥਰੂਮ ਜਿਹੜੇ ਆ ਉਹ ਬਣੇ ਹੋਏ ਆ, ਕਾਫੀ ਖੁੱਲ੍ਹੇ ਡੁੱਲੇ ਹੈਗੇ ਆ। ਉੱਪਰ ਵੀ ਇੱਕ ਜਿਹੜਾ ਬੈੱਡਰੂਮ ਬਣਿਆ ਹੋਇਆ। ਸੋ ਇਸ ਵੇਲੇ ਆਪਾਂ ਹੈਗੇ ਹਾਂ ਜੀ ਬਲਰਾਜ ਨਗਰ ਬਠਿੰਡਾ ਸ਼ਹਿਰ ਦੇ ਵਿੱਚ। 100 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਅਤੇ ਜਿਹਦੀ ਕੀਮਤ ਜਿਹੜੀ ਆ ਬਿਲਕੁਲ ਜਾਇਜ਼ ਆ। 10 ਲੱਖ ਦੇ ਵਿੱਚ ਇਹ ਕੋਠੀ ਵਿਕਾਊ ਹੈਗੀ ਆ। ਜਿਸ ਵੀਰ ਭਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ, ਜੋ ਵੀ ਤੁਸੀਂ ਡਿਸਪਲੇ 'ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਅਤੇ ਇਸ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਬਲਰਾਜ ਨਗਰ ਬਠਿੰਡਾ ਦੇ ਵਿੱਚ ਕੋਠੀ ਡਬਲ ਸਟੋਰੀ ਬਣੀ ਹੋਈ ਆ। ਟੋਟਲ ਇਸ ਕੋਠੀ ਦੇ 3 ਬੈੱਡਰੂਮ ਜਿਹੜੇ ਆ ਉਹ ਬਣੇ ਹੋਏ ਆ। ਸੋ ਬਹੁਤ ਹੀ ਵਧੀਆ ਹਾਲਤ ਦੇ ਵਿੱਚ, ਬਹੁਤ ਵਧੀਆ ਸਥਿਤੀ ਦੇ ਵਿੱਚ ਔਰ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਬਲਰਾਜ ਨਗਰ ਬਠਿੰਡਾ ਦੇ ਵਿੱਚ। ਜਿਹਦੀ ਜਿਹੜੀ ਡਿਮਾਂਡ ਆ ਉਹ 10 ਲੱਖ ਰੱਖੀ ਗਈ ਆ। ਬਾਕੀ ਮੌਕੇ 'ਤੇ ਹੋਰ ਵੀ ਮਾਨਤਾ ਨੂੰ ਹੋਜੂਗਾ। ਸੋ ਅਗਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ, ਘਰ ਦੁਕਾਨ ਮਕਾਨ, ਤਾਂ ਬਾਬਾ ਪ੍ਰੋਪਰਟੀ ਚੈਨਲ 'ਤੇ ਕੰਟੈਕਟ ਕਰੋ ਜੀ। ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ। ਵੀਡੀਓ ਨੂੰ ਸਲੋ ਮੋਸ਼ਨ ਵਿੱਚ ਬਣਾ ਕੇ ਮੋਬਾਈਲ ਨੂੰ ਟੇਢਾ ਕਰਕੇ ਵੀਡੀਓ ਬਣਾਓ। 3-4 ਫੋਟੋਆਂ ਘਰ ਦੀਆਂ ਬਾਹਰੋਂ ਖਿੱਚ ਕੇ ਉਹ ਵੀ ਸਾਨੂੰ ਸੈਂਡ ਕਰੋ ਅਤੇ ਘਰ ਦੀ ਪੂਰੀ ਡਿਟੇਲ ਸਾਨੂੰ ਵਟਸਐਪ ਕਰੋ। ਐਡ ਆਪਾਂ ਤੁਹਾਡੀ ਫ੍ਰੀ ਵਿੱਚ ਲਗਾਵਾਂਗੇ, ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ। ਸੋ ਆਪਾਂ ਗੱਲ ਕਰਦੇ ਸੀਗੇ ਬਲਰਾਜ ਨਗਰ ਬਠਿੰਡਾ ਦੇ ਵਿੱਚ ਕੋਠੀ ਆ, ਰੇਟ ਬਿਲਕੁਲ ਜਾਇਜ਼ ਆ। 10 ਲੱਖ ਇਸ ਕੋਠੀ ਦੀ ਜਿਹੜੀ ਆ ਡਿਮਾਂਡ ਹੈਗੀ ਆ। 3 ਬੈੱਡਰੂਮ ਬਣੇ ਹੋਏ ਆ। ਸੋ ਜਿਸ ਵੀਰ ਭਰਾ ਨੇ ਖਰੀਦਣਾ ਹੋਇਆ ਜ਼ਰੂਰ ਕੰਟੈਕਟ ਕਰਿਓ। ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ ਜੀ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।